ਜਲੰਧਰ ਦੇ ਰਾਮਾ ਮੰਡੀ ਖੇਤਰ ਦੇ ਵਿੱਚ ਸਥਿਤ ਦੋਕੋਹਾ ਫਾਟਕ ਦੇ ਕੋਲ ਕੁਝ ਸਮੇਂ ਪਹਿਲਾਂ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਗੱਲ ਵੀ ਕਹੀ ਜਾ ਰਹੀ ਹੈ। ਮ੍ਰਿਤਕ ਆਲੂ ਦੇ ਮਰਨ ਦੀ ਪੁਸ਼ਟੀ ਡਾਕਟਰਾਂ ਦੇ ਦੁਆਰਾ ਕੀਤੀ ਗਈ ਹੈ। ਦਰਅਸਲ ਦੇਰ ਸ਼ਾਮ ਨੌਜਵਾਨ ਦੇ ਉੱਪਰ ਹਮਲਾਵਰਾਂ ਦੁਆਰਾ ਗੋਲੀਆਂ ਚਲਾਈਆਂ ਗਈਆਂ ਅਤੇ ਦੱਸਿਆ ਜਾ ਰਿਹਾ ਕਿ ਇਸ ਘਟਨਾ ਦੇ ਵਿੱਚ ਨੌਜਵਾਨ ਦੇ ਪਿੱਠ ਦੇ ਉੱਪਰ ਦੋ ਗੋਲੀਆਂ ਲੱਗੀਆਂ, ਜਿਸ ਤੋਂ ਬਾਅਦ ਰੋਹਿਤ ਉਰਫ ਆਲੂ ਜੋ ਕਿ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ ਅਤੇ ਗੋਲੀਆਂ ਆਲੂ ਦੇ ਸਰੀਰ ਦੇ ਕਾਫੀ ਅੰਦਰ ਚਲੀਆਂ ਗਈਆਂ ਸਨ, ਜਿਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਉੱਥੇ ਹੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਸਪੀ ਨਿਰਮਲ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਦੇ ਵੱਲੋਂ ਮੌਕੇ ਤੋਂ ਦੋ ਖੋਲ ਵੀ ਬਰਾਮਦ ਕੀਤੇ ਗਏ ਹਨ ਅਤੇ ਡਾਕਟਰਾਂ ਨੇ ਪੁਲਿਸ ਨੂੰ ਦੱਸਿਆ ਇੱਕ ਨੌਜਵਾਨ ਦੇ ਗੋਲੀਆਂ ਲੱਗੀਆਂ ਹਨ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸਰ ਕੀ ਨਾਮ ਆਪਣਾ? ਉਹ ਮਹਾਰਾਜਾ ਸੀ, ਨਸੀਬ ਚੰਦ ਜੀ ਮਹਾਰਾਜ। ਕੀ ਗੱਲ ਹੋਈ ਸਰ, ਜਿਹੜੀ ਗੋਲੀਆਂ ਚੱਲੀ ਗਈ? ਅੰਦਰ ਆ ਕੇ ਗੋਲੀਆਂ ਚਲਾ ਕੇ ਅਸੀਂ ਖੋਲ ਵੀ ਦਿੱਤੇ, ਉਹਨਾਂ ਸਭ ਕੁਝ ਦਿੱਤਾ। ਇਹ ਕਿੰਨਾ ਵੱਲੋਂ ਗੋਲੀ ਗਈ, ਕੁਛ ਪਤਾ ਲੱਗਾ ਤੁਹਾਨੂੰ? 7:45 ਚੱਲੀ ਹੈ ਜੀ। ਕੁਛ ਪਤਾ ਲੱਗਾ ਕਿੰਨਾ ਵੱਲੋਂ ਚਲਾਈ ਗਈ ਗੋਲੀ? ਕੁਛ ਸਾਨੂੰ ਨਹੀਂ ਪਤਾ ਲੱਗਾ, ਹੁਣ ਵੀਡੀਓ ਸੰਦ ਅੰਦਰ ਆ ਕੇ ਉਹਨਾਂ ਨੇ ਡੱਕ ਲਿਆ, ਕੁੰਡਾ ਵੀ ਲਾ ਲਿਆ ਸਾਡੇ। ਤੇ ਤੁਹਾਡੇ ਘਰ 'ਚ ਹੀ ਕੋਈ ਗੋਲੀ ਚਲਾਈ ਗਈ? ਕੀ ਪਤਾ, ਹੁਣ ਸਾਡੇ ਤਾਂ ਗੁਆਂਢੀਆਂ ਲੜਾਈ ਹੋ ਜੀ। ਤੇ ਮੌਕੇ 'ਤੇ ਪੁਲਿਸ ਆਈ? ਮੌਕੇ 'ਤੇ ਪੁਲਿਸ ਹੁਣ ਆਈ ਆ, ਪੁਲਿਸ ਕਹਿੰਦੀ ਗੋਲੀਆਂ ਨਹੀਂ ਚੱਲੀਆਂ, ਉਹਨਾਂ ਖੋਲ ਵੀ ਦਿੱਤੇ, ਸਭ ਕੁਝ ਦਿੱਤਾ ਸਾਨੂੰ ਪ੍ਰੂਫ ਹੋ, ਕਹਿੰਦੇ ਤੋਂ ਗੋਲੀਆਂ ਚੱਲੀਆਂ। ਹਾਂਜੀ, ਅਸੀਂ ਵੀ ਪੁਲਿਸ ਨੂੰ ਪੁੱਛਿਆ ਤੇ ਪੁਲਿਸ ਇਹ ਕਹਿੰਦੀ ਵੀ ਕਹਿੰਦੇ ਪਟਾਕੇ ਚੱਲੇ, ਗੋਲੀ ਤਾਂ ਕੋਈ ਚੱਲੀ ਨਹੀਂ, ਪਰ ਤੁਸੀਂ ਕਹਿੰਦੇ ਖੋਲ ਉਹਨੂੰ ਬਰਾਮਦ ਕੀਤੀ ਗਈ। ਦਿੱਤੇ ਆ ਉਹਨੂੰ, ਉੱਥੇ ਸਾਨੂੰ ਪ੍ਰੂਫ ਤਾਂ ਦੇਣ ਸਾਨੂੰ ਜੀ, ਅਸੀਂ ਉਹਨਾਂ ਪ੍ਰੂਫ ਦਿੱਤੇ ਆ, ਸਾਨੂੰ ਪ੍ਰੂਫ ਕਹਿੰਦੇ ਮਨਾ, ਅਸੀਂ ਪ੍ਰੂਫ ਦਿੱਤੇ ਨਹੀਂ। ਜੇ ਕੋਈ 9:45 ਦੇ ਕਰੀਬ ਕੰਟਰੋਲ ਰੂਮ ਜਲੰਧਰ ਸੇ ਹਮੇਂ ਜੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਜੋ ਬਾਂਸਾ ਵਾਲੀ ਗਲੀ ਰਾਮਾ ਮੰਡੀ, ਵਹਾਂ ਪੇ ਕੋਈ ਗੋਲੀ ਚਲੀ ਹੈ, ਵਹਾਂ ਪੇ ਇੱਕ ਨੌਜਵਾਨ ਇੰਜਰਡ ਹੋਇਆ, ਤੋ ਤਭੀ ਹਮ ਪਹਿਲੇ ਮੌਕਾ ਪੇ ਪਹੁੰਚੇ ਔਰ ਅਭੀ ਕੁਛ ਦੇਰ ਪਹਿਲੇ ਹਮ ਯਹਾਂ ਜੌਹਲ ਹੌਸਪੀਟਲ ਮੇਂ, ਜਹਾਂ ਕਿ ਵੋ ਇੰਜਰਡ ਹੈ ਜੋ ਲੜਕਾ, ਜਿਸਕਾ ਨਾਮ ਰੋਹਿਤ ਸ਼ਰਮਾ ਥਾ, ਤੋ ਵੋ ਵਹਾਂ ਪੇ ਦਾਖਲ ਥਾ, ਤੋ ਉਸਕੇ ਡਾਕਟਰ ਕੇ ਅਕੋਰਡਿੰਗਲੀ ਗੋਲੀ ਲੱਗੀ ਹੈ, ਵੋ ਇੱਕ ਗੋਲੀ ਉਹਨੇ ਬੋਲੀ ਆ, ਮਗਰ ਮੌਕਾ ਪੇ ਹਮ ਬੁਲਟ ਦੋ ਮਿਲੇ ਹੈ, ਤੋ ਅਭੀ ਉਨਕੀ ਡੈਥ ਹੋਈ ਹੈ ਲੜਕੇ ਕੀ, ਮੇਰੀ ਸੈਡ ਨਿਊਜ਼। ਤੋ ਉਨਕੀ ਸਿਸਟਰ ਕਾ ਹਮਨੇ ਸਟੇਟਮੈਂਟ ਰਿਕਾਰਡ ਕੀਆ ਹੈ, ਉਨਕੀ ਸਟੇਟਮੈਂਟ ਕੇ ਰਿਕਾਰਡ ਕੇ ਆਧਾਰ ਪਰ ਹਮ ਐਫ ਆਈ ਆਰ ਦਰਜ ਕਰਕੇ ਜੋ ਆਰੋਪੀ ਉਹਨੇ ਬਤਾਏ ਹੈ ਉਨਕੋ ਹਮ ਸਭੀ ਕੋ ਰਾਊਂਡ ਅਪ ਕਰ ਲੇਂਗੇ ਇਮੀਡੀਏਟਲੀ। ਇਸ ਵੀ ਸਭ ਗੋਲੀ ਚੱਲੀ ਹੈ, ਗੋਲੀ ਲੱਗੀ ਹੈ, ਉਹਨੇ ਦੀ ਮੌਤ ਹੋ ਗਈ। ਹਾਂਜੀ ਹਾਂ, ਗੋਲੀ ਚੱਲੀ ਹੈ ਜੀ, ਬਿਲਕੁਲ ਲੱਗੀ ਹੈ। ਦੇਖੋ ਜੋ ਮੌਕੇ ਤੇ ਸੀਨ ਆਫ ਕ੍ਰਾਈਮ ਤੋਂ ਜੋ ਦੋ ਆਪਾਂ ਨੂੰ ਕੋਲ ਮਿਲੇ ਹੈਗੇ ਨੇ, ਠੀਕ ਹੈ ਜੀ, ਡਾਕਟਰ ਸਾਹਿਬ ਦੇ ਨਾਲ ਅਸੀਂ ਗੱਲਬਾਤ ਕੀਤੀ ਸੀ, ਉਹ ਕਹਿੰਦੇ ਸੀ ਵੀ ਇੱਕ ਬੁਲਟ ਲੱਗਾ ਹੈਗਾ, ਬਾਕੀ ਇਹ ਸਾਰਾ ਕੁਝ ਪੋਸਟਮਾਰਟਮ ਰਿਪੋਰਟ ਦੇ ਵਿੱਚ ਮਿਲੇ ਕਿਉਂਕਿ ਡੈਥ ਹੋ ਚੁੱਕੀ ਹੈ ਬੱਚੇ ਦੀ, ਠੀਕ ਹੈ ਜੀ। ਉਹ ਮੇਰੀ ਸੈਡ ਨਿਊਜ਼ ਹੈਗੀ ਹੈ ਕਿ ਉਹਨਾਂ ਦਾ ਯੰਗ ਬੱਚਾ ਸੀਗਾ, ਬਾਕੀ ਅਸੀਂ ਐਫ ਆਈ ਆਰ ਦਰਜ ਉਹਨਾਂ ਦਾ ਸਟੇਟਮੈਂਟ ਰਿਕਾਰਡ ਕਰ ਲਿਆ ਉਹਨਾਂ ਡਿਸੀਜ਼ ਦੀ ਸਿਸਟਰ ਦਾ, ਉਹ ਐਫ ਆਈ ਆਰ ਦਰਜ ਕਰਕੇ ਅਸੀਂ ਇਮੀਡੀਏਟਲੀ ਜਿਹੜੀ ਹੈਗੀ ਜਿਹੜੀ ਉਹਨਾਂ ਦੀ ਵਾਂਟਡ ਅਕਿਊਜ਼ ਹੈਗੇ ਨੇ ਉਹਨਾਂ ਨੂੰ ਅਸੀਂ ਇਮੀਡੀਏਟਲੀ, ਸਾਡੀ ਟਰਾਈ ਹੈ, ਦਿਲੋਂ ਕੋਸ਼ਿਸ਼ ਹੈ ਕਿ ਦੋ ਖੋਲ ਮਿਲੇ ਹੈਗੇ ਜੀ। ਐਸਐਮਜੇਡ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।